ਸ਼ੁਕਰਗੁਜ਼ਾਰਾਂ ਜੀ ਮੈਡਮ ਗੁਰਮਿੰਦਰ ਸਿੱਧੂ ਜੀ ਹਾਜ਼ਰ ਬਾਬੇ ਨੇ ਬੜੀ ਮਿਹਰਬਾਨੀ ਸ਼ੁਕਰੀਆ ਤੋ ਇੱਕ ਦਿਨ ਹਾਜ਼ਰੀ ਕਮਲਜੋਤ 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 ਚਲੋ ਜੀ ਇਹਦੇ ਨਾਲ ਹੀ ਦੁਬਾਰਾ ਜੋੜੀ ਦਾ ਨਜ਼ਰ ਪੇਸ਼ ਕਰਨ ਜਾ ਰਿਹਾ ਇੰਟਰਨੈਸ਼ਨਲ ਦੁਬਾਰਾ ਜੋੜੀ ਜਿਹਨਾਂ ਦੇ ਬਹੁਤ ਹੀ ਮਕਬੂਲ ਉਮੀਦ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਜੱਟ ਦੀ ਦੁਸ਼ਮਣੀ ਸਿਰ ਮੰਗਦੀ ਜਿੱਤ ਮੰਗਦੀ ਯਾਰੀ ਯਾਰਾਂ ਦੀ ਜੇ ਮੈਂ ਗੀਤਾਂ ਦੀ ਗਿਣਤੀ ਕਰਨ ਲੱਗਾ ਤਾਂ ਬਹੁਤ ਸਮਾਂ ਲੱਗ ਜੂਗਾ ਤੇ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿ ਉਹ ਖੂਬਸੂਰਤ ਕਲਾਕਾਰ ਜੋੜੀ ਨਜ਼ਰ ਪੇਸ਼ ਕਰਾਂ ਇੰਟਰਨੈਸ਼ਨਲ ਗਾਇਕ ਜੋੜੀ ਮੇਰੀ ਮੁਰਾਦ ਚਮਕ ਚਮਕੀਲਾ ਦੇ ਬੀਬਾ ਅਮਰਜੀਤ ਢਿੱਲੋਂ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਜੀ ਕਿਉਂਕਿ ਪਤਾ ਲੱਗੇ ਵੀ ਆਪਾਂ ਸਾਰੇ ਜਣੇ ਹਾਜ਼ਰੀ ਭਰ ਰਹੇ ਹਾਂ ਕਿਉਂਕਿ ਤਾੜੀ ਦੇ ਬਹੁਤ ਸਾਰੇ ਫਾਇਦੇ ਨੇ ਤਾੜੀ ਦਾ ਇਹ ਨਹੀਂ ਫਾਇਦਾ ਕਿਉਂਕਿ ਜੇ ਕੋਈ ਨਾਲ ਬੰਦਾ ਬੈਠਾ ਨਾਲ ਭੈਣ ਬੈਠੀ ਪਤਾ ਭੈਣ ਬੈਠੀ ਸੁਣਦੀ ਹੋ ਗਈ ਤਾਂ ਯਾਦ ਬਣ ਜਾਂਦੀ ਆ ਤਾੜੀ ਜਰੂਰ ਵਜਾਇਆ ਕਰੋ ਕਿਉਂਕਿ ਇੱਕ ਦੂਜੇ ਨੂੰ ਜਗਾਇਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਸਾਡੇ ਸਤਿਕਾਰਯੋਗ ਜਿਹਨਾਂ ਬਜ਼ੁਰਗ ਕਹਿੰਦੇ ਤਾਂ ਗੁੱਸਾ ਕਰਨਗੇ ਕਿਉਂਕਿ ਇਹੀ ਜੀ ਗੱਲ ਨਹੀਂ ਕਹਿੰਦੇ ਕੌਣ ਕਹਿਤਾ ਹੈ ਕਿ ਬੁਰੇ ਇਸ਼ਕ ਨਹੀਂ ਕਰਦੇ ਕੌਣ ਕਹਿੰਦਾ ਹੈ ਕਿ ਮੁੰਡੇ ਇਸ਼ਕ ਨਹੀਂ ਕਰਦੇ ਕਰਦੇ ਜ਼ਰੂਰ ਹਾਂ ਮਗਰ ਬੱਚੇ ਸ਼ੱਕ ਨਹੀਂ ਕਰਦੇ ਤੇ ਇੱਕ ਵਾਰੀ ਬਾਬੇ ਨੂੰ ਤਾੜੀ ਲਾ ਦਿਓ ਮਿਹਰਬਾਨੀ ਆਓ ਜੀ ਦੁਬਾਰਾ ਜੋੜੀ ਚਮਕ ਚਮਕੀਲਾ ਦੇ ਬੀਬਾ ਅਮਰਜੀਤ ਢਿੱਲੋਂ ਅਮਰ ਸਿੰਘ ਜੀ ਚਮਕੀਲਾ ਸਾਹਿਬ
ਉਹਨਾਂ ਦੇ ਗੀਤ ਧਾਰਮਿਕ ਗੀਤ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣ ਲੱਗਿਆ। ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਨਕਾਣੇ ਦੀ ਗੱਲ ਤੁਹਾਡਾ ਸਾਂਝੀ ਕਰਨ ਲੱਗਿਆ। ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਲੈ ਕੇ ਹਾਜ਼ਰ ਹੋ ਲੱਗਿਆ। ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ।
ਸੁਖਦੇਵ ਸਾਹਿਬਜ਼ਾਦਾ ਪਹਿਲੇ ਵੀ ਮਾਣ ਚੱਕੇ ਗਿਆ ਬਾਬਾ ਜੀ ਇੱਥੇ ਚੰਗੀ ਜਗ੍ਹਾ ਰੱਖਣ ਇਹ ਭਰਾਸ ਰੱਖਣ ਇਹਦੇ ਨਾਲ ਹੀ ਬਗਾੜਾ ਗੀਤ ਮੈਂ ਔਰ ਦੀਪਾ ਜੀ ਢਿੱਲੋਂ ਜੀ ਤੁਹਾਡੀ ਸੇਵਾ ਪੇਸ਼ ਕਰਨ ਲੱਗੇ ਆ ਜਿਹੜਾ ਗੀਤ ਮੈਂ ਧਾਰਮਿਕ ਗੀਤ ਤੁਹਾਡੀ ਸੇਵਾ ਪੇਸ਼ ਕਰਨ ਲੱਗਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸ਼ਾਸਤਰ ਦੀ ਗੱਲ ਕਰਨ ਲੱਗੇ ਆ ਸਾਹਿਬ ਜੀ ਹੁਣ ਦਾ ਗਾਇਆ ਹੋਇਆ ਗੀਤ ਹੈ ਤਲਵਾਰ ਮੈਂ ਚੰਗੀ ਧਰਦੀ ਹਾਂ ਜਿਹੜੇ ਮੈਂ ਤਲਵਾਰ ਦੇ ਬੋਲ ਹੈ ਬੀਬਾ ਜੀ ਪੇਸ਼ ਕਰਕੇ ਆ ਤੀਰ ਦੇ ਬੋਲ ਤੁਹਾਡੀ ਸੇਵਾ ਵਿੱਚ ਮੈਂ ਪੇਸ਼ ਕਰ ਰਿਹਾ ਤਲਵਾਰ ਮੈਂ ਚੰਗੀ ਧਰਦੀ ਹਾਂ ਕਿ ਫਿਰ ਲੋੜ ਗਿਆ
ਪ੍ਰੀਤਮ ਪਿਆਰੇ ਹੱਥ ਮੁੰਡੇ ਲਾਈ ਰੱਖਦੇ ਮੈਨੂੰ ਪ੍ਰੀਤਮ ਪਿਆਰੇ ਸਾਡਾ ਬਖਸ਼ਣ ਸਾਡੀਆਂ ਮਾਤਾਵਾਂ ਭੈਣਾਂ ਬਹੁਤ ਗਿਣਤੀ ਦੇ ਵਿੱਚ ਬੈਠੀਆਂ। ਇਹ ਗੀਤ ਖਾਸ ਕਰਕੇ ਮੈਂ ਆਪਣੀਆਂ ਮਾਤਾਵਾਂ ਭੈਣਾਂ ਵਾਸਤੇ ਗਾਉਣ ਲੱਗਿਆ। ਇਸ ਗੀਤ ਦੇ ਵਿੱਚ ਮੈਂ ਇੱਕ ਔਰਤ ਦੀ ਗੱਲ ਕੀਤੀ ਆ, ਇੱਕ ਧੀ ਦੀ ਗੱਲ ਕੀਤੀ ਹੈ, ਇੱਕ ਭੈਣ ਦੀ ਗੱਲ ਕੀਤੀ ਹੈ, ਕਿਉਂਕਿ ਔਰਤ ਸਭ ਤੋਂ ਪਹਿਲਾਂ ਇਹ ਕਿਸੇ ਦੀ ਧੀ ਹੈ, ਉਸ ਤੋਂ ਬਾਅਦ ਇਹ ਕਿਸੇ ਦੀ ਧਰਮ ਪਤਨੀ ਹੈ। ਜਦੋਂ ਉਸ ਵਾਹਿਗੁਰੂ ਦੀ ਅਪਰ ਅਪਾਰ ਕਿਰਪਾ ਹੁੰਦੀ ਹੈ, ਮਾਂ ਹੋਣ ਦਾ ਰੂਪ ਤਾਂ ਹਾਸਲ ਹੁੰਦਾ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਸੋ ਕਿਉਂ ਮੰਗਾ ਆਖੀਐ ਜਿੱਤ ਜਾਂਦੇ ਰਜਾ। ਸ਼ਾਇਰ ਨੇ ਬਹੁਤ ਵਧੀਆ ਢੰਗ ਨਾਲ ਲਿਖਿਆ ਵੀ ਇਹ ਧੀ ਬਣ ਕੇ ਜਦ ਜਨਮ ਲਵੇ ਸ਼ਾਹਾਂ ਦੇ ਸੀਸ ਝੁਕਾ ਦੇਵੇ, ਜਦ ਪੈਰ ਜਵਾਨੀ ਦੇ ਚੁਕਰੇ ਫਿਕਰਾਂ ਵਿੱਚ ਮਾਪੇ ਪਾ ਦੇਵੇ, ਇਹ ਪਾ ਕੇ ਚੂੜਾ ਛਕਣਾ ਦਾ ਜਦ ਦੁਨੀਆਂ ਨਵੀਂ ਵਸਾਉਂਦੀ ਆ। ਔਰਤ ਦੇ ਰੂਪ ਅਨੇਕਾਂ ਨੇ, ਇਹ ਮਾਂ ਦਾ ਫਰਜ਼ ਨਿਭਾਉਂਦੀ ਆ। ਕਿੰਨੇ ਕਲਫ ਦੀ ਬੜੇ ਧਿਆਨ ਨਾਲ ਸੁਣਵਾ, ਔਰਤ ਦੇ ਰੂਪ ਅਨੇਕ ਨੇ, ਔਰਤ ਦੇ ਰੂਪ ਅਨੇਕ ਨੇ।
ਮੈਨੂੰ ਆਇਆ ਮੈਂ ਸਾਰਿਆਂ ਦਾ ਤਹਿ ਦਿਲ ਕੁਰਬਾਨੀ ਆ ਇਹਨਾਂ ਦੀ ਫਿਰ ਮੈਂ ਇੱਕ ਦਿਨ ਸੇਵਾ ਨੂੰ ਹਾਜ਼ਰ ਹੋ ਕੇ ਮੇਰੇ ਵਰਦੇਵ ਸਾਹਿਬ ਅਮਰ ਸਿੰਘ ਜੀਦਾ ਸਾਹਿਬ ਉਹਨਾਂ ਦੇ ਨਾਮ ਤੋਂ ਯਾਦ ਮਾਰ ਕਰਕੇ ਖੜੀ ਹੈ ਨਾਲ ਇਹਨਾਂ ਦੀ ਫਰਮਾਇਸ਼ ਹੈ ਬਾਬਾ ਦੀਪ ਸਿੰਘ ਜੀ ਦਾ ਗੀਤ ਹੈ ਉਹਨੇ ਹਰਾ ਦਿੱਤੀ ਉਹ ਵੀ ਮੈਂ ਜ਼ਰੂਰ ਪੇਸ਼ ਕਰੂੰਗਾ ਕਿਉਂਕਿ ਮੈਨੂੰ ਤਾਂ ਮੈਨੂੰ ਪਿਆਰ ਹੈ ਜੇਕਰ ਤੁਸੀਂ ਯਾਦ ਮਿਹਨਤ ਕਰਕੇ ਮੈਂ ਅੱਜ ਵੀ ਦੋ ਥੋੜ੍ਹੀ ਪ੍ਰਵਾਨ ਕਰੂੰਗਾ ਸਾਡੇ ਬਾਈ ਜੀ ਬਹੁਤ ਹੀ ਅੱਛੀ ਗਾਇਕ ਹੈ ਤੁਹਾਡੇ ਨਗਰ ਦੀ ਸ਼ਾਨ ਹੈ ਸਾਡੇ ਦਰਸ਼ਨ ਬਾਈ ਜੀ ਉਹਨਾਂ ਵੱਲੋਂ 100 ਰੁਪਏ ਦਾ ਸਪੈਸ਼ਲ ਆਇਆ ਹੈ ਇਹਨਾਂ ਨੇ ਹਾਜ਼ਰੀ ਕਰਵਾਈ ਹੈ ਕਿ ਨਹੀਂ ਅੱਜ ਤਾਂ ਮੈਂ ਆਪਣੀ ਆਪਣੀ ਹਾਜ਼ਰੀ ਨਾਲ ਹੈ ਮਿਹਰਬਾਨੀ
ਗੀਤ ਤੁਸੀਂ ਤਕਰੀਬਨ ਸਾਰੇ ਜਿਹਨਾਂ ਨੇ ਸੁਣਿਆ ਹੋਇਆ ਗੀਤ ਹੈ। ਡੇਰੀ ਡੇਰੀ ਕਰਦਾ ਬੰਦਿਆ ਭੁੱਲਿਆ ਰੱਬ ਨਾਲ ਡਰਦਾ ਬੰਦਿਆ ਲੱਗਣੇ ਆਖ ਢੇਰੀਆਂ ਪਾਣੀ ਦਾ ਬੁਲਿਆ ਕੀ ਬੁਲਿਆ ਹਾਂਜੀ
Oh,
Yeah.
ਮਾਵਾਂ ਦੇ ਧਾਈਆਂ ਵਿੱਚ ਹੁੰਦੇ ਪਿਆਰ ਚੀਜ਼ ਛੱਡ ਪੈਂਦੀ ਮਾਵਾਂ ਦੇ ਬਹੁਤ ਸਾਰਾ ਮਾਣ ਸਤਿਕਾਰ ਮੈਨੂੰ ਮਿਲਿਆ ਸਾਰਿਆਂ ਦਾ ਟਾਈਮ ਮਿਹਨਤ ਕਰਦੇ ਆ ਤੇ ਜਿਹੜਾ ਕੀ ਦਿਨ ਹੋਰ ਮੇਰੀ ਆਪਣੀ ਨੂੰਹ ਦੀ ਫਰਾਕ ਮੈਂ ਆਪਣੇ ਵਾਸਤੇ ਬਣਾਉਣ ਲੱਗਿਆ ਰਾਣੀ ਸਿਆਣੇ ਕਹਿੰਦੇ ਵੀ ਜਦੋਂ ਉਸ ਵਾਹੇ ਵਾਹੀ ਆਪਣੇ ਬਾਹਰ ਕਿਰਪਾ ਹੁੰਦੀ ਹੈ ਤੇ ਬੰਦਾ
ਸਾਡੇ ਵੀਰਾਂ ਨੂੰ ਬਹੁਤ ਸਨਮਾਨ ਸਨਮਾਨ ਹੈ। ਮੈਂ ਕਹਿ ਕਰਾਂਗਾ ਮਿਹਰਬਾਨੀ ਹੋਰ ਵੱਧ ਸਕਦਾ।